हाँ जी, सत श्री अकाल दोस्तों, की हाल चाल सारिया दे। दोस्तों पिछली वीडियो विच असी तुहाडे नाल महान गायक अमर सिंह चमकीला जी दे बचपन नाल संबंधित कुछ रोचक तत्थ अते कुछ महत्वपूर्ण गल्लां सांझियां कीतियां सी। दोस्तों अज दी इस वीडियो विच असी अमर सिंह चमकीला जी दे जवानी वेले दी एक महत्वपूर्ण जानकारी तुहाडे वास्ते लैके आए हां। दोस्तों इह उस वेले दी गल है जदों धनी राम 15वें साल विच सी अते अपने जवानी पहरे दीआं पौड़ियां हौली हौली चढ़न लगा सी। पर कहण नूं उहदी उमर 14-15 साल दी सी, पर वेखण नूं उहदा कद काट डील डोल तों उह 20-22 सालां दा गभरू लगदा सी। गल करांगे धनी राम दे पहले अजिहे प्यार दी जिस दा कि उस नूं नाम भी नहीं सी पता, जो कि उसदी गरीबी दी अग विच कुछ ही घंटियां विच सड़ के सवाह हो गया सी। आजो दोस्तो अज आही गल्लां तुहाडे नाल शेयर करनियां। धनी राम नूं 14वां वरा लग गया सी, उस लई हुण तक दा जीवन नाली विच वगदे पाणी वांग बहुत सिद्ध पदरा बिना किसी हल चलदे चलदा रहा सी। आम व्यक्तियां लई तां इह वरा बचपन विच ही गिणिया जांदा है, परंतु धनी अपनी उम्र तों किते वड्डा हो चुका सी। उसदी लियाकत तों कोई उसनूं बालक नहीं सी समझ सकदा ते ना ही उह अपनी दिख तों नाबालक दिसदा सी। उहदा कद काठ अते डील डोल देखण वाले नूं उसदे 16-17 साल गभरू होण दा भुलेखा पाउंदी सी। नित वांग धनी राम साइकल ते सवार हो के अपने पिंडों लुधियाणे नूं जा रहा सी। उहदे चैन कवर रहित बिना मरगाट वाले पुराने साइकल दी चैन साज वर्गा संगीत पैदा करदी सी ते उह उस नाल सुर मिला के गाउंदा पैडल मारी जा रहा सी। साइकल दे टायरां दी तोर विच ना कहल सी ते ना ही मठापन, एक मध्यम जिही रफ्तार नाल टायर सड़क ते लीकां बौंदे जा रहे सी। रांझा कहिंदा सहतीए माड़ा ना कह जोगी नूं, सच्चियां दस दन्ना मैं सुन लै तूं कन्न ला के। धनी राम दे मूहों निकलदे हीर दे बोल फिजा नूं महका रहे सी। जदों उह गाउंदा सी तां अपनी गायकी विच इन्ना मगन हो जांदा सी कि उसनूं अपने आले दुआले दी भी सार नहीं सी रहिंदी। गुआच जाया करदा सी उह अपने गीतां विच, उसदा गुआचना तां सुभाविक सी, लेकिन उसनूं सुणन वाले भी अक्सर कायनात नूं भुल जाया करदे सी। ज्यों ही धनी राम पक्की सड़क वाली वड्डी सारी कोठी कोल दी लंघन लग्गिया तां इक कागज़ दी गेंद आ के उसदे सिर विच वज्जी। कागज़ होण करके ਭਾਵੇਂ ਸੱਟ ਤਾਂ ਉਸਦੇ ਨਹੀਂ ਸੀ ਲੱਗੀ, ਪਰ ਬਿਰਤੀ ਜ਼ਰੂਰ ਉਖੜ ਗਈ ਸੀ। ਉਸਦੇ ਹੱਥ ਇੱਕਦਮ ਬ੍ਰੇਕਾਂ ਉੱਪਰ ਚਲੇ ਗਏ ਸੀ ਅਤੇ ਗੀਤ ਦੇ ਬੋਲ ਵੀ ਉੱਥੇ ਥੰਮ ਗਏ ਸੀ। ਉਸਨੇ ਗੋਲਾ ਆਉਣ ਵਾਲੀ ਦਿਸ਼ਾ ਵੱਲ ਵੀ ਦੇਖਿਆ ਸੀ। ਕੋਠੀ ਦੀ ਬਾਲਕੋਨੀ ਵਿੱਚ ਇੱਕ ਖੂਬਸੂਰਤ ਮੁਟਿਆਰ ਖੜ੍ਹੀ ਮੁਸਕਰਾ ਰਹੀ ਸੀ। ਉਸ ਮੁਟਿਆਰ ਦੀਆਂ ਅੱਖਾਂ ਵਿੱਚ ਹਸਰਤ ਸੀ, ਇੱਕ ਸ਼ਰਾਰਤ ਸੀ, ਇੱਕ ਮਾਸੂਮੀਅਤ ਸੀ ਅਤੇ ਸਭ ਤੋਂ ਵੱਡੀ ਗੱਲ ਮੁਹੱਬਤ ਸੀ। ਪ੍ਰੇਮ ਨਿਮੰਤਰਣ ਦੇ ਰਹੀਆਂ ਉਹ ਨਜ਼ਰਾਂ, ਉਹ ਤੱਕਣੀ ਧਨੀ ਰਾਮ ਨੇ ਜ਼ਿੰਦਗੀ ਵਿੱਚ ਪਹਿਲੀ ਵਾਰ ਦੇਖੀ ਸੀ। ਕੁੜੀ ਨੇ ਕਾਗਜ਼ ਚੁੱਕਣ ਦਾ ਇਸ਼ਾਰਾ ਕੀਤਾ ਸੀ ਤਾਂ ਧਨੀ ਰਾਮ ਠੰਡੰਬਰ ਗਿਆ ਸੀ। ਉਸਦਾ ਸਾਰਾ ਸਰੀਰ ਲਗਜ਼ਾ ਗਿਆ ਸੀ, ਜਿਵੇਂ ਕੋਈ ਬਿਜਲੀ ਦੀ ਲਹਿਰ ਉਸਦੇ ਪੈਰਾਂ 'ਤੇ ਸਿਰ ਨੂੰ ਚੜ੍ਹ ਗਈ ਹੋਵੇ। ਇੱਕ ਸਵਾਦਲਾ ਜਿਹਾ ਅਨੁਭਵ ਸੀ ਇਹ, ਜੋ ਅਕਸਰ ਜਵਾਨੀ ਚੜ੍ਹਦਿਆਂ ਕਿਸੇ ਨੂੰ ਹੁੰਦਾ ਹੈ। ਫਿਰ ਕੋਈ ਖੌਫ ਉਸਦੇ ਸਿਰ 'ਤੇ ਨੱਚਿਆ ਸੀ, ਕਿਸੇ ਅਗਿਆਤ ਡਰ ਦਾ ਫਨੀਅਰ ਉਹਦੇ ਜ਼ਿਹਨ ਵਿੱਚ ਫੰਕਾਰੇ ਮਾਰਨ ਲੱਗ ਪਿਆ ਸੀ। ਕਾਗਜ਼ ਚੁੱਕਣ ਦੀ ਬਜਾਏ ਧਨੀ ਰਾਮ ਨੇ ਸਾਈਕਲ ਤੋਰਿਆ ਅਤੇ ਤੇਜ਼ ਤੇਜ਼ ਪੈਡਲ ਮਾਰਦਾ ਉੱਥੋਂ ਆਪਣੀ ਮੰਜ਼ਿਲ ਵੱਲ ਇੰਝ ਵਧਣ ਲੱਗ ਗਿਆ ਸੀ ਜਿਵੇਂ ਉਹ ਕੋਈ ਚੋਰੀ ਕਰਕੇ ਭੱਜ ਰਿਹਾ ਹੋਵੇ। ਪਤਾ ਨਹੀਂ ਉਹ ਕਿਉਂ ਡਰ ਗਿਆ ਸੀ। ਗੱਲ ਇਹ ਨਹੀਂ ਸੀ ਕਿ ਧਨੀ ਰਾਮ ਨੂੰ ਮੁਹੱਬਤ ਦਾ ਇਲਮ ਨਹੀਂ ਸੀ, ਵੈਸੇ ਉਹ ਇਸ ਜਜ਼ਬੇ ਤੋਂ ਪੂਰੀ ਤਰ੍ਹਾਂ ਵਾਕਫ ਵੀ ਨਹੀਂ ਸੀ। ਇਹ ਵੱਖਰੀ ਗੱਲ ਸੀ ਕਿ ਧਨੀ ਰਾਮ ਨੇ ਇਸ਼ਕ ਦਾ ਤਜਰਬਾ ਨਹੀਂ ਸੀ ਕੀਤਾ ਜਾਂ ਇਸ ਪਿਆਰ ਦੇ ਫਲ ਨੂੰ ਚੱਕ ਕੇ ਨਹੀਂ ਸੀ ਦੇਖਿਆ, ਪਰ ਉਸਨੇ ਆਂਢ ਗੁਆਂਢ ਅਤੇ ਪਿੰਡ ਵਿੱਚ ਬੜੇ ਇਸ਼ਕ ਪੇਚੇ ਪੈਂਦੇ ਦੇਖੇ ਸੀ। ਜਾਂ ਇੰਝ ਕਹਿ ਲਓ, ਉਹ ਜਨ ਚੜ੍ਹਿਆ ਨਹੀਂ ਸੀ ਪਰ ਚੜ੍ਹਦੇ ਉਸਨੇ ਬਹੁਤ ਦੇਖੇ ਸੀ। ਉਮਰ ਬੇਸ਼ੱਕ ਧਨੀ ਰਾਮ ਦੀ ਅਣਭੋਲ ਸੀ, ਪਰ ਪ੍ਰੇਮ ਭਾਵਨਾਵਾਂ ਉਸ ਅੰਦਰ ਕਦੋਂ ਦੀਆਂ ਜੱਗ ਬੁੱਝ ਕਰਨ ਲੱਗ ਚੁੱਕੀਆਂ ਸੀ। ਜਿਉਂ ਜਿਉਂ ਉਹ ਅੱਗੇ ਵੱਧਦਾ ਜਾਂਦਾ ਉਸਦਾ ਸਾਈਕਲ ਹੋਰ ਤੇਜ਼ ਹੁੰਦਾ ਜਾਂਦਾ ਸੀ। ਲੁਧਿਆਣੇ ਪਹੁੰਚਣ ਤੱਕ ਉਹ ਪਸੀਨੇ ਨਾਲ ਤਰ ਬਤਰ ਹੋ ਚੁੱਕਾ ਸੀ। ਸਾਰੇ ਰਾਹ ਉਹਦੇ ਅੰਦਰ ਅਨੇਕਾਂ ਪ੍ਰਕਾਰ ਦੇ ਖਿਆਲ ਕੁਸ਼ਤੀ ਕਰਦੇ ਰਹੇ ਸੀ।
ਫਿਰ ਉਹ ਆਪਣੇ ਕੰਮ ਲੱਗ ਕੇ ਸਭ ਕੁਝ ਭੁੱਲ ਗਿਆ ਸੀ। ਹੌਜਰੀ ਦੀ ਫੈਕਟਰੀ ਦਾ ਵਾਤਾਵਰਣ ਅਤੇ ਮਸ਼ੀਨਾਂ ਦੇ ਸ਼ੋਰ 'ਚ ਜਾਂ ਕਹਿ ਲਓ ਕੰਮ ਦੇ ਜ਼ੋਰ ਨੇ ਉਸਨੂੰ ਕੁਝ ਸੋਚਣ ਜੋਗਾ ਛੱਡਿਆ ਹੀ ਨਹੀਂ। ਹਾਲੇ ਰੋਕ ਨਾ ਭਾਬੀ ਮੇਰੀਏ, ਮੈਂ ਸਹਿਬਾ ਲਿਆਉਣੀ ਪਿਆ, ਮੈਨੂੰ ਸੱਦਿਆ ਸਹਿਬਾ ਹੋਰ ਨੇ ਮਿਲਣਾ ਬੀਬੋ ਦੇ ਕਰਜ਼ਾ। ਅਗਲੇ ਦਿਨ ਜਦੋਂ ਧਨੀ ਰਾਮ ਫਿਰ ਉਸੇ ਰਾਹ ਤੋਂ ਲੰਘਦਾ ਹੋਇਆ ਆਪਣੀ ਮਸਤੀ ਵਿੱਚ ਮਿਰਜ਼ਾ ਗਾਉਂਦਾ ਸਾਈਕਲ ਚਲਾ ਰਿਹਾ ਸੀ ਤਾਂ ਉਸਦੇ ਸਾਈਕਲ ਦੀ ਚੈਨ ਉੱਤਰ ਗਈ ਸੀ। ਇਹ ਚੈਨ ਉਤਰਨ ਵਾਲਾ ਉਹੀ ਕੱਲ੍ਹ ਵਾਲਾ ਸਥਾਨ ਸੀ ਜਿੱਥੇ ਉਸਦੇ ਕਾਗਜ਼ ਦਾ ਗੋਲਾ ਵੱਜਿਆ ਸੀ। ਸਾਈਕਲ ਨੂੰ ਸਟੈਂਡ 'ਤੇ ਲਾ ਕੇ ਧਨੀ ਰਾਮ ਚੈਨ ਚੜ੍ਹਾਉਣ ਲੱਗ ਪਿਆ ਸੀ। ਚੈਨ ਜ਼ਿਆਦਾ ਢਿੱਲੀ ਹੋਣ ਕਾਰਨ ਚੜ੍ਹ ਨਹੀਂ ਸੀ ਰਹੀ। ਉਹ ਚੈਨ ਚੜ੍ਹਾ ਕੇ ਪੈਡਲ ਨੂੰ ਗੇੜਾ ਦਿੰਦਾ ਤਾਂ ਚੈਨ ਮੁੜ ਉੱਤਰ ਜਾਂਦੀ ਸੀ। ਅਜੇ ਉਹ ਚੈਨ ਨਾਲ ਘੁਲ ਹੀ ਰਿਹਾ ਸੀ ਕਿ ਉਹੀ ਬਾਲਕੋਨੀ ਵਾਲੀ ਕੁੜੀ ਉਹਦੇ ਸਾਹਮਣੇ ਆ ਕੇ ਖੜ੍ਹ ਗਈ ਸੀ। ਉਸਦੇ ਹੱਥ ਵਿੱਚ ਇੱਕ ਰੁੱਕਾ ਫੜਿਆ ਹੋਇਆ ਸੀ। ਧਨੀ ਨੇ ਉਹਦੇ ਵੱਲ ਦੇਖਿਆ ਤਾਂ ਉਸਨੇ ਰੁੱਕਾ ਅੱਗੇ ਵਧਾਉਂਦਿਆਂ ਮਿਸ਼ਰੀ ਵਰਗੀ ਮਿੱਠੀ ਆਵਾਜ਼ ਵਿੱਚ ਕਿਹਾ ਸੀ, ਮੈਨੂੰ ਤੂੰ ਬਹੁਤ ਸੋਹਣਾ ਲੱਗਦਾ ਅਤੇ ਗੌਨਾ ਤੂੰ ਉਸ ਤੋਂ ਵੀ ਸੋਹਣਾ। ਇਹ ਸੁਣਦਿਆਂ ਹੀ ਘਬਰਾ ਕੇ ਬਿਨਾਂ ਚੈਨ ਚਾੜਿਆਂ ਧਨੀ ਰਾਮ ਉੱਥੋਂ ਇੰਜ ਭੱਜਿਆ ਸੀ ਜਿਵੇਂ ਕੁੜੀ ਨੇ ਉਸਨੂੰ ਦਬਕਾ ਮਾਰਿਆ ਹੋਵੇ। ਉਹੀ ਸਾਈਕਲ ਤੋਂ ਹੀ ਬਹੁਤ ਦੂਰ ਤੱਕ ਦੌੜਦਾ ਗਿਆ ਸੀ ਅਤੇ ਉਸਨੇ ਇੱਕ ਵਾਰ ਵੀ ਪਿੱਛੇ ਮੁੜ ਕੇ ਨਹੀਂ ਸੀ ਦੇਖਿਆ। ਧਨੀ ਰਾਮ ਲਈ ਇਹ ਬਿਲਕੁਲ ਨਵਾਂ ਤਜਰਬਾ ਸੀ। ਉਹੀ ਭੋਰ ਭੋਰ ਅਤੇ ਉਹੀ ਖੌਫਜ਼ਦਾ ਹੋ ਗਿਆ ਸੀ। ਫੈਕਟਰੀ ਆ ਕੇ ਵੀ ਉਸਦੇ ਹੱਥ ਪੈਰ ਕੰਬਣੋਂ ਨਹੀਂ ਸੀ ਹਟੇ। ਉਸਨੂੰ ਸਮਝ ਨਹੀਂ ਸੀ ਆ ਰਹੀ ਕਿ ਇਹ ਕੀ ਹੋ ਗਿਆ ਸੀ। ਉਸਦਾ ਚਿੱਤ ਕਾਉਂ ਮਾਉਂ ਕਰਦਾ ਰਿਹਾ ਸੀ ਅਤੇ ਉਹ ਬੌਂਦਲਿਆ ਹੋਇਆ ਅਜੀਬ ਜਿਹੀ ਅਵਸਥਾ ਵਿੱਚ ਪਹੁੰਚ ਗਿਆ ਸੀ। ਅਗਲੇ ਦਿਨ ਧਨੀ ਰਾਮ ਦਾ ਦਿਮਾਗ ਤਾਂ ਉਸਨੂੰ ਰਸਤਾ ਬਦਲ ਕੇ ਜਾਣ ਲਈ ਕਹਿ ਰਿਹਾ ਸੀ, ਪਰ ਉਸਦਾ ਦਿਲ ਉਸਨੂੰ ਮੁਹਾਰਾ ਮੋੜ ਕੇ ਫਿਰ ਉਸੇ ਰਸਤੇ ਵੱਲ ਲੈ ਤੁਰਿਆ ਸੀ। ਉਸ ਕੁੜੀ ਦੁਆਰਾ ਕਹਿਣਾ ਤੂੰ ਮੈਨੂੰ ਸੋਹਣਾ ਲੱਗਦਾ ਨਾਲੋਂ ਕਿਤੇ ਵੱਧ ਸਰੂਰ ਧਨੀ ਰਾਮ ਨੂੰ ਗਾਉਣਾ ਤੂੰ ਉਸ ਤੋਂ ਵੀ ਸੋਹਣਾ ਕਹੇ ਦਾ ਹੁੰਦਾ ਸੀ। ਕੋਠੀ ਦੇ ਕੋਲ ਜਾ ਕੇ ਕੁੜੀ ਦਾ ਚਿਹਰਾ ਧਨੀ ਰਾਮ ਨੂੰ ਯਾਦ ਆ ਗਿਆ ਅਤੇ ਉਹ ਸਿਰ ਤੋਂ ਪੈਰਾਂ ਤੱਕ ਝੰਜੋੜਿਆ ਗਿਆ ਸੀ। ਉਸਨੇ ਪੈਡਲ ਮਾਰਨ ਦੀ ਰਫ਼ਤਾਰ ਤੇਜ਼ ਕਰ ਲਈ ਸੀ। ਉਸਨੇ ਕੋਈ ਗੀਤ ਵੀ ਨਹੀਂ ਸੀ ਗਾਇਆ। ਦਿਮਾਗ ਵਿੱਚ ਚੱਲਦੀ ਕਸ਼ਮਕਸ਼ ਨੇ ਧਨੀ ਰਾਮ ਨੂੰ ਸਾਹ ਹੀ ਨਹੀਂ ਸੀ ਕੱਢਣ ਦਿੱਤਾ। ਗਾਉਣਾ ਤਾਂ ਦੂਰ ਦੀ ਗੱਲ ਸੀ, ਉਹ ਕੋਠੀ ਕੋਲ ਦੀ ਸਾਈਕਲ ਭਜਾ ਕੇ ਲੰਘ ਜਾਣਾ ਚਾਹੁੰਦਾ ਸੀ। ਕਾਲੀ ਕਾਲੀ ਸਾਈਕਲ ਚਲਾਉਂਦਾ ਹੋਇਆ ਉਹ ਟੀਰੀ ਜਿਹੀ ਅੱਖ ਨਾਲ ਕੋਠੀ ਵੱਲ ਵੀ ਦੇਖ ਰਿਹਾ ਸੀ। ਜਦੋਂ ਧਨੀ ਰਾਮ ਕੋਠੀ ਦੇ ਬਰਾਬਰ ਦੀ ਲੰਘਣ ਲੱਗਾ ਤਾਂ ਧਨੀ ਨੂੰ ਉਹੀ ਕੁੜੀ ਬਾਲਕੋਨੀ ਵਿੱਚ ਨਜ਼ਰ ਨਹੀਂ ਸੀ ਆਈ। ਇਹ ਦੇਖ ਕੇ ਉਸਨੂੰ ਸਕੂਨ ਜਿਹਾ ਹੋ ਗਿਆ ਸੀ ਅਤੇ ਉਸਨੇ ਆਪਣੇ ਸਾਈਕਲ ਦੀ ਰਫ਼ਤਾਰ ਸਧਾਰਨ ਕਰ ਦਿੱਤੀ ਸੀ। ਕੁਝ ਗਜ਼ ਦੂਰ ਜਾਣ ਤੋਂ ਬਾਅਦ ਧਨੀ ਰਾਮ ਪੁਰਸਕੂਨ ਦੀ ਕੈਫੀਅਤ ਵਿੱਚ ਚਲਾ ਗਿਆ ਸੀ। ਅੱਗੇ ਜਾ ਕੇ ਭੀੜੇ ਮੋੜ ਨੂੰ ਮੁੜ ਕੇ ਉਸਨੇ ਵੱਡੀ ਸੜਕ ਉੱਪਰ ਚੜ੍ਹਨਾ ਸੀ। ਮੋੜ ਕੋਲ ਜਾ ਕੇ ਜਿਉਂ ਹੀ ਧਨੀ ਨੇ ਸਾਈਕਲ ਦੀ ਟੱਲੀ ਮਾਰੀ ਤਾਂ ਉਸਨੂੰ ਇੱਕਦਮ ਝਟਕਾ ਲੱਗਾ ਸੀ। ਉਹ ਬਾਲਕੋਨੀ ਵਾਲੀ ਕੁੜੀ ਸਾਹਮਣੇ ਰਸਤੇ ਵਿਚਕਾਰ ਇਉਂ ਖੜ੍ਹੀ ਸੀ ਜਿਵੇਂ ਉਸਦੇ ਆਉਣ ਦਾ ਇੰਤਜ਼ਾਰ ਕਰ ਰਹੀ ਹੋਵੇ। ਕੁੜੀ ਨੇ ਅੱਗੇ ਵੱਧ ਕੇ ਧਨੀ ਰਾਮ ਦੇ ਸਾਈਕਲ ਦੇ ਹੈਂਡਲ ਨੂੰ ਫੜ ਕੇ ਉਸਦਾ ਰਸਤਾ ਰੋਕ ਲਿਆ ਸੀ। ਧਨੀ ਰਾਮ ਦਾ ਸਾਈਕਲ ਬਿਨਾਂ ਬ੍ਰੇਕਾਂ ਲਾਇਆ ਆਪ ਹੀ ਰੁਕ ਗਿਆ ਸੀ ਅਤੇ ਉਸਨੂੰ ਪੈਰ ਭੁੰਜੇ ਜ਼ਮੀਨ ਨਾਲ ਚੁਹਾ ਦਿੱਤੇ ਸੀ। ਲੜਕੀ ਨੇ ਪ੍ਰੇਮ ਪੱਤਰ ਧਨੀ ਰਾਮ ਵੱਲ ਵਧਾਇਆ ਸੀ। ਧਨੀ ਰਾਮ ਨੂੰ ਕੱਚੀਆਂ ਤਰੇਲੀਆਂ ਆਉਣ ਲੱਗ ਪਈਆਂ ਸੀ। ਧਨੀ ਰਾਮ ਦੇ ਹੱਥ ਵਿੱਚ ਕਾਗਜ਼ ਨੂੰ ਫੜਨ ਲਈ ਅੱਗੇ ਨਾ ਵੱਧਦੇ ਦੇਖ ਕੇ ਉਸ ਕੁੜੀ ਨੇ ਧਮਕੀ ਦਿੱਤੀ ਸੀ, ਫੜ ਲੈ ਨਹੀਂ ਰੌਲਾ ਪਾ ਦੂੰ ਕਿ ਮੈਨੂੰ ਛੇੜਦਾ। ਧਨੀ ਰਾਮ ਨੇ ਆਸਾ ਪਾਸਾ ਦੇਖਿਆ ਸੀ, ਚਾਰੇ ਪਾਸੇ ਕੋਈ ਨਹੀਂ ਸੀ। ਉਸਨੇ ਖਹਿੜਾ ਛਡਾਉਣ ਲਈ ਝੁਪਟਾ ਮਾਰ ਕੇ ਰੁੱਕਾ ਫੜ ਲਿਆ ਸੀ। ਹੁਣ ਤਾਂ ਜਾ ਲੈਣ ਦੇ, ਨਹੀਂ ਮੈਂ ਮਰ ਜੂੰ। ਇਹ ਤਾਂ ਮੈਂ ਚਾਹੁੰਦੀ ਹਾਂ ਤੂੰ ਵੀ ਮਰੇ, ਮੈਂ ਤਾਂ ਕਦੋਂ ਦੀ ਤੇਰੇ 'ਤੇ ਮਰੀ ਪਈ ਹਾਂ। ਆ ਕੇ ਖਚਰਾ ਹੱਸਾ ਹੱਸਦੀ ਉਸ ਕੁੜੀ ਨੇ ਰਸਤਾ ਛੱਡ ਦਿੱਤਾ ਸੀ। ਧਨੀ ਰਾਮ ਨੇ ਖੱਤ ਸਣੇ ਹੈਂਡਲ ਨੂੰ ਹੱਥ ਪਾ ਕੇ ਸਾਈਕਲ ਭਜਾ ਲਿਆ ਸੀ। ਡਰ ਨਾਲ ਲੱਤਾਂ ਕੰਬਦੀਆਂ ਹੋਣ ਦੇ ਬਾਵਜੂਦ ਵੀ ਉਸਦਾ ਸਾਈਕਲ ਫਰਤੀਲੀ ਘੋੜੀ ਵਾਂਗ ਭੱਜਿਆ ਜਾ ਰਿਹਾ ਸੀ। ਫੈਕਟਰੀ ਪਹੁੰਚਣ ਤੋਂ ਪਹਿਲਾਂ ਇੱਕ ਇਕਾਂਤ ਜਿਹੀ ਥਾਂ ਰੁੱਕ ਕੇ ਧਨੀ ਰਾਮ ਨੇ ਉਹ ਪ੍ਰੇਮ ਪੱਤਰ ਪੜ੍ਹਿਆ ਸੀ। ਚਿੱਠੀ ਵਿੱਚ ਕੁੜੀ ਨੇ ਆਪਣੀਆਂ ਉਸ ਪ੍ਰਤੀ ਪ੍ਰੇਮ ਭਾਵਨਾਵਾਂ ਦਾ ਵਰਣਨ ਕਰਨ ਤੋਂ ਇਲਾਵਾ ਉਸ ਪ੍ਰਤੀ ਖਿੱਚ
ਅਤੇ ਉਸਦੀ ਗਾਇਕੀ ਦੀ ਤਾਰੀਫ ਲਿਖੀ ਹੋਈ ਸੀ। ਚਿੱਠੀ ਦਾ ਹਰ ਇੱਕ ਵਾਕ ਗੋਲੀ ਵਾਂਗ ਧਨੀ ਰਾਮ ਦੇ ਦਿਮਾਗ ਵਿੱਚ ਵੜ ਗਿਆ ਸੀ। ਖਾਸ ਕਰ ਉਹ ਸੱਤਰ ਜਿੱਥੇ ਕੁੜੀ ਨੇ ਲਿਖਿਆ ਸੀ, ਮੈਂ ਤਾਂ ਲਾਊਡ ਸਪੀਕਰਾਂ ਵਿੱਚ ਗਾਉਂਦਾ ਸੁਣਨਾ ਚਾਹੁੰਦੀ ਹਾਂ। ਚਿੱਠੀ ਨੂੰ ਪੜ੍ਹਦਿਆਂ ਹੀ ਧਨੀ ਰਾਮ ਸਰੂਰਿਆ ਗਿਆ ਸੀ। ਫੈਕਟਰੀ ਜਾ ਕੇ ਵੀ ਉਸਦਾ ਧਰਤੀ 'ਤੇ ਪੱਬ ਨਹੀਂ ਸੀ ਲੱਗਦਾ, ਉਹ ਖੁਸ਼ੀ ਵਿੱਚ ਖੀਵਾ ਹੋਇਆ ਪਿਆ ਸੀ। ਜ਼ਿੰਦਗੀ ਵਿੱਚ ਧਨੀ ਰਾਮ ਦਾ ਇਹ ਪਹਿਲਾ ਪ੍ਰੇਮ ਤਜਰਬਾ ਸੀ, ਇਸ ਲਈ ਉਸਨੂੰ ਪਤਾ ਹੀ ਨਹੀਂ ਸੀ ਕਿ ਇਸ ਤੋਂ ਅੱਗੇ ਕੀ ਕਰਨਾ। ਅੱਗੇ ਕੁਝ ਕਰਨ ਬਾਰੇ ਧਨੀ ਰਾਮ ਸੋਚ ਵੀ ਨਹੀਂ ਸੀ ਰਿਹਾ, ਉਸਨੂੰ ਤਾਂ ਅਜੀਬ ਜਿਹਾ ਖੁਮਾਰ ਚੜ੍ਹੀ ਜਾਂਦਾ ਸੀ। ਉਹ ਕੁੜੀ ਕੁੱਤੇ ਵਾਲੇ ਤਵਿਆਂ 'ਤੇ ਉਸਦੀ ਫੋਟੋ ਦੇਖਣਾ ਚਾਹੁੰਦੀ ਸੀ ਅਤੇ ਉਸਦੀ ਆਵਾਜ਼ ਲਾਊਡ ਸਪੀਕਰਾਂ ਵਿੱਚ ਵੱਜਦੀ ਸੁਣਨਾ ਚਾਹੁੰਦੀ ਸੀ। ਧਨੀ ਰਾਮ ਨੂੰ ਜਾਪਦਾ ਸੀ ਜਿਵੇਂ ਇਹ ਸਭ ਜਲਦ ਸੱਚ ਹੋਣ ਵਾਲਾ ਸੀ। ਸਾਰੀ ਦਿਹਾੜੀ ਧਨੀ ਰਾਮ ਹਵਾ ਵਿੱਚ ਉੱਡਦਾ ਰਿਹਾ। ਜਿਸ ਦਿਨ ਉਸਨੇ ਕਈ ਵਾਰੀ ਜੇਬ ਵਿੱਚੋਂ ਕੱਢ ਕੇ ਉਹ ਪ੍ਰੇਮ ਪੱਤਰ ਪੜ੍ਹਿਆ ਸੀ, ਉਸਨੂੰ ਉਸ ਚਿੱਠੀ ਦਾ ਇਕੱਲਾ ਸ਼ਬਦ ਯਾਦ ਹੋ ਗਿਆ ਸੀ। ਜ਼ਿੰਦਗੀ ਵਿੱਚ ਕੋਈ ਪਹਿਲਾ ਇਨਸਾਨ ਮਿਲਿਆ ਸੀ ਜੋ ਉਸਨੂੰ ਗਾਉਣ ਲਈ ਉਤਸ਼ਾਹਿਤ ਨਹੀਂ ਕਰ ਰਿਹਾ, ਬਲਕਿ ਹੱਲਾ ਸ਼ੇਰੀ ਵੀ ਦੇ ਰਿਹਾ ਸੀ। ਧਨੀ ਰਾਮ ਬੇਸ਼ੱਕ ਉਸ ਕੁੜੀ ਦਾ ਨਾਮ ਤਾਂ ਨਹੀਂ ਸੀ ਜਾਣਦਾ ਅਤੇ ਨਾ ਹੀ ਉਸ ਕੁੜੀ ਦੇ ਚਿੱਠੀ ਵਿੱਚ ਆਪਣਾ ਨਾਮ ਲਿਖਿਆ ਸੀ, ਪਰ ਫਿਰ ਵੀ ਧਨੀ ਰਾਮ ਨੇ ਉਸਦਾ ਨਾਮ ਬਿੱਲੋ ਰੱਖ ਲਿਆ ਸੀ। ਧਨੀ ਰਾਮ ਨੂੰ ਬਿੱਲੋ ਨਾਮ ਨਾਲ ਮੁਹੱਬਤ ਹੋ ਗਈ ਸੀ। ਇੱਕ ਪਲ ਲਈ ਤਾਂ ਧਨੀ ਰਾਮ ਨੇ ਬਿੱਲੋ ਨਾਲ ਵਿਆਹ ਕਰਾਉਣ ਦਾ ਵਿਚਾਰ ਵੀ ਮਨ ਵਿੱਚ ਬਣਾ ਲਿਆ ਸੀ। ਉਸਦਾ ਦਿਲ ਬਿੱਲੋ ਨਾਲ ਘਰ ਵਸਾ ਕੇ ਉਜਵਲ ਭਵਿੱਖ ਨੇ ਸੁਪਨੇ ਬੁਣਨ ਲੱਗ ਪਿਆ ਸੀ। ਦੁਪਹਿਰ ਨੂੰ ਰੋਟੀ ਦੀ ਛੁੱਟੀ ਵੇਲੇ ਧਨੀ ਰਾਮ ਹਮੇਸ਼ਾ ਫੈਕਟਰੀ ਦੇ ਬਾਹਰ ਖੜ੍ਹੀ ਚਾਹ ਦੀ ਰੇਹੜੀ ਵਾਲੇ ਕੋਲ ਜਾ ਕੇ ਰੋਟੀ ਖਾਂਦਾ ਹੁੰਦਾ ਸੀ। ਰੇਹੜੀ ਦੇ ਮਾਲਕ ਬੁੰਦੀ ਨੂੰ ਉਹ ਚਾਚਾ ਆ ਕੇ ਬੁਲਾਉਂਦਾ ਸੀ ਅਤੇ ਉਸਨੂੰ ਉਸਦੇ ਮਨਪਸੰਦ ਦਾ ਕੋਈ ਗੀਤ ਵੀ ਸੁਣਾ ਦਿੰਦਾ ਸੀ। ਬੁੰਦੀ ਧਨੀ ਰਾਮ ਨੂੰ ਚਾਹ ਦਾ ਕੱਪ ਮੁਫਤ ਦੇ ਦਿੰਦਾ ਸੀ। ਉਸ ਦਿਨ ਰੋਟੀ ਖਾਣ ਗਏ ਧਨੀ ਰਾਮ ਨੇ ਜਾਂਦਿਆਂ ਹੀ ਬੁੰਦੀ ਨੂੰ ਪੁੱਛ ਲਿਆ ਸੀ, ਚਾਚਾ ਜੇ ਮੇਰੇ ਆਹ ਸਾਈਕਲ ਦੇ ਕੈਰੀਅਰ 'ਤੇ ਵੱਡੀ ਸਾਰੀ ਕੋਠੀ ਵਾਲਿਆਂ ਦੀ ਕੁੜੀ ਬੈਠੀ ਹੋਵੇ ਤਾਂ ਕਿਹੋ ਜਿਹਾ ਲੱਗੇ? ਕੀ ਗੱਲ, ਅੱਜ ਚਾਹ ਦੀ ਥਾਂ ਪੈਗ ਲਾਇਆ? ਬੁੰਦੀ ਨੇ ਬਿਨਾਂ ਧਨੀ ਰਾਮ ਵੱਲ ਧਿਆਨ ਦਿੱਤਿਆਂ ਉੱਤਰ ਦਿੱਤਾ ਸੀ। ਨਹੀਂ, ਕਿਉਂ? ਬੁੰਦੀ ਹੰਡਿਆ ਹੋਇਆ ਸੀ। ਉਹ ਝੱਟ ਸਮਝ ਗਿਆ ਸੀ ਕਿ ਧਨੀ ਰਾਮ ਕਿੱਥੋਂ ਬੋਲ ਰਿਹਾ ਹੈ। ਉਸਨੇ ਆਪਣੇ ਕੰਮ ਵਿੱਚੇ ਛੱਡ ਕੇ ਧਨੀ ਰਾਮ ਨੂੰ ਬੈਂਚ 'ਤੇ ਬਿਠਾਇਆ ਅਤੇ ਸਮਝਾਉਣ ਲੱਗ ਪਿਆ ਸੀ, ਦੇਖ ਆਪਾਂ ਗਰੀਬਾਂ ਨੂੰ ਬਖਤਾਵਰਾਂ ਦੀਆਂ ਕੁੜੀਆਂ ਦੇ ਅਜਿਹੇ ਸੁਪਨੇ ਨਹੀਂ ਦੇਖਣੇ ਚਾਹੀਦੇ, ਬਹੁਤ ਤੰਗ ਕਰਦੇ ਹੁੰਦੇ ਨੇ। ਤੇਰੇ ਫਿੜਕੇ ਜਿਹੇ ਸਾਈਕਲ 'ਤੇ ਉਸ ਆਲੀਸ਼ਾਨ ਕੋਠੀ ਵਿਚਾਲੇ ਬਹੁਤ ਦੂਰੀ ਹੈ। ਲੈ, ਮੈਂ ਤਾਂ ਰੋਜ਼ ਕੋਠੀ ਮੂਹਰਿਓਂ ਲੰਘਦਾ, ਧਨੀ ਰਾਮ ਵਿੱਚੋਂ ਬਚਪਨ ਬੋਲ ਪਿਆ ਸੀ। ਨਹੀਂ, ਮੇਰਾ ਮਤਲਬ ਹੈ ਤੇਰੀ ਇੰਨੀ ਹੈਸੀਅਤ ਨਹੀਂ ਕਿ ਤੂੰ ਕੋਠੀ ਵਾਲਿਆਂ ਨੂੰ ਬਿਠਾ ਸਕੇ। ਕੋਠੀ ਵਾਲਿਆਂ ਨੂੰ ਬਿਠਾਉਣ ਲਈ ਤੈਨੂੰ ਕਾਰ ਚਾਹੀਦੀ ਹੈ ਅਤੇ ਕਾਰ ਲੈਣ ਦੇ ਤੂੰ ਕਾਬਲ ਨਹੀਂ। ਬੁੰਦੀ ਦੀ ਗੱਲ ਸੁਣ ਕੇ ਧਨੀ ਰਾਮ ਠੁੱਸ ਜਿਹਾ ਹੋ ਗਿਆ ਸੀ। ਬੁੰਦੀ ਨੇ ਉਸਨੂੰ ਗੱਲ ਨਾਲ ਲਾ ਕੇ ਵਰਾਇਆ ਸੀ। ਕੁਝ ਪਲ ਡੁਸਕਣ ਬਾਅਦ ਧਨੀ ਰਾਮ ਨੇ ਅੱਖਾਂ ਤੋਂ ਹੰਝੂ ਪੂੰਝੇ ਅਤੇ ਬੁੰਦੀ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਕਿਹਾ ਸੀ, ਚਾਚਾ ਤੂੰ ਦੇਖੀ ਮੈਂ ਆਪਣੇ ਵਿੱਚ ਹੁਣ ਕਿੰਨੀ ਹੈਸੀਅਤ ਪੈਦਾ ਕਰਦਾ। ਇਹ ਕੋਠੀ ਵਾਲੇ ਸੋਚਿਆ ਕਰਨਗੇ ਕਿ ਉਹਨਾਂ ਦੀ ਮੇਰੇ ਨਾਲ ਬੈਠਣ ਦੀ ਹੈਸੀਅਤ ਹੈ ਜਾਂ ਨਹੀਂ। ਮੈਂ ਇਸ ਸਾਈਕਲ ਤੋਂ ਕਾਰ ਤਾਂ ਕੀ ਜਹਾਜ਼ਾਂ ਤੱਕ ਦਾ ਸਫ਼ਰ ਕਰੂੰਗਾ, ਮੈਂ ਬਖਤਾਵਰ ਬਣੂੰਗਾ। ਇੰਨਾ ਆਖ ਕੇ ਧਨੀ ਰਾਮ ਨੇ ਫੈਕਟਰੀ ਵਾਪਸ ਜਾਣ ਦੀ ਬਜਾਏ ਆਪਣਾ ਸਾਈਕਲ ਚੁੱਕਿਆ ਸੀ ਅਤੇ ਪਿੰਡ ਉਸੇ ਨਿੰਮ ਵਾਲੀ ਮੋਟਰ 'ਤੇ ਆ ਕੇ ਗਾਉਣ ਦਾ ਰਿਆਜ਼ ਕਰਨ ਲੱਗ ਪਿਆ ਸੀ। ਬਹੁਤ ਬਹੁਤ ਧੰਨਵਾਦ ਦੋਸਤੋ। ਇਹ ਸੀ ਮਹਾਨ ਗਾਇਕ ਅਮਰ ਸਿੰਘ ਚਮਕੀਲਾ ਜੀ ਦੀ ਜ਼ਿੰਦਗੀ ਦਾ ਇੱਕ ਬਹੁਤ ਹੀ ਮਹੱਤਵਪੂਰਨ ਕਿੱਸਾ ਜੋ ਕਿ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ ਹੈ। ਇਸੇ ਲੜੀ ਦਾ ਤੀਜਾ ਭਾਗ ਲੈ ਕੇ ਬਹੁਤ ਜਲਦ ਹਾਜ਼ਰ ਹੁੰਦੇ ਹਾਂ। ਬਹੁਤ ਬਹੁਤ ਧੰਨਵਾਦ ਜੀ।